ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਅੱਜ 19 ਫਰਵਰੀ ਦਿਨ ਬੁੱਧਵਾਰ ਸਵੇਰ ਦੇ 7:35 ਤੇ ਮਿਊਨਿਸਪਲ ਪਾਰਕ ਕੋਟਕਪੂਰਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਦੱਸਿਆ ਜਾ ਚੁੱਕਾ ਹੈ ਕਿ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਵਿਹੜੇ 'ਚ ਕੋਈ ਵੀ ਆਈ ਖੁਸ਼ੀ ਸਾਂਝੇ ਤੌਰ 'ਤੇ ਸਾਂਝੀ ਕੀਤੀ ਜਾਂਦੀ ਹੈ ਅੱਜ ਕੀ ਖੁਸ਼ੀ ਆਈ ਹੈ ਉਹ ਦੱਸਣ ਤੋਂ ਪਹਿਲਾਂ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਕਿ ਸਾਰੇ ਅਹੁਦੇਦਾਰਾਂ ਮੈਂਬਰਾਂ ਅਤੇ ਹੋਰ ਸੈਰ ਕਰਨ ਲਈ ਆਉਣ ਵਾਲੇ ਵੀਰਾਂ ਨੇ ਰਲ ਕੇ ਚਾਹ ਪੀਤੀ ਹੈ ਅੱਜ ਮੈਂ MLA ਸਾਹਿਬ ਦੇ ਹੱਥ 'ਚ ਚਾਹ ਦਾ ਕੱਪ ਹੈ ਇਸੇ ਤਰ੍ਹਾਂ ਸਾਰੇ ਚਾਹ ਪੀ ਕੇ ਹੱਟੇ ਨੇ ਮਿਠਾਈਆਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਕਾਹਦੀਆਂ ਆਓ ਜੀ ਤੁਹਾਨੂੰ ਦੱਸਦੇ ਹਾਂ ਲਿਆਓ ਜੀ ਚੰਦਰ ਅਰੋੜਾ ਜੀ ਬਹੁਤ ਧੰਨਵਾਦ ਜੀ ਆ ਜਿਵੇਂ ਦੇਖੋ ਕਟਾਰੀਆ ਜੀ ਪੀ ਰਹੇ ਨੇ ਚਾਹ ਇਸ ਤਰ੍ਹਾਂ ਬੜੇ ਵੀਰ ਅਜੇ ਵੀ ਚਾਹ ਪੀ ਰਹੇ ਨੇ ਠੀਕ ਹੈ ਜੀ ਹੁਣ ਖੁਸ਼ੀ ਕੀ ਆਈ ਹੈ ਸਾਡੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਮੁੱਖ ਸਲਾਹਕਾਰ ਉੱਘੇ ਸਮਾਜ ਸੇਵੀ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਿੱਲੀ ਫਤਿਹ ਕਰਕੇ ਆਏ ਨੇ ਦਿੱਲੀ ਫਤਿਹ ਕਰਕੇ ਆਏ ਨੇ ਇਸ ਖੁਸ਼ੀ 'ਚ ਰਜਿੰਦਰ ਕੁਮਾਰ ਰਾਜਾ ਠੇਕੇਦਾਰ ਅਤੇ ਰਜਿੰਦਰ ਸਿੰਘ ਬਾਵਾ ਇਹਨਾਂ ਨੂੰ ਬੇਨਤੀ ਹੈ ਮੂੰਹ ਮਿੱਠਾ ਕਰਾਓ MLA ਸਾਹਿਬ ਦਾ ਇਹ ਲਓ ਜੀ ਰਜਿੰਦਰ ਸਿੰਘ ਜੀ ਦਾ ਅਤੇ ਰਜਿੰਦਰ ਕੁਮਾਰ ਜੀ ਦਾ ਵੀ ਧੰਨਵਾਦ ਅਤੇ MLA ਸਾਹਿਬ ਦਾ ਇਹ ਮੈਂ ਪਹਿਲਾਂ ਤਾਂ ਦਿੰਦਾ ਮੁਬਾਰਕਬਾਦ ਉਸ ਤੋਂ ਬਾਅਦ ਆਪਾਂ MLA ਸਾਹਿਬ ਦੇ ਵਿਊਜ਼ ਲਵਾਂਗੇ ਇਹ ਆਹ ਦੇਖੋ ਸਾਡੇ ਇੱਧਰ ਵੀ ਸੱਜਣ ਬੈਠੇ ਨੇ ਸਾਰੀਆਂ ਮੌਜਾਂ ਸ਼ਖਸੀਅਤਾਂ ਨੇ ਠੀਕ ਹੈ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਕੁਲਤਾਰ ਸਿੰਘ ਸੰਧਵਾਂ ਦੇ ਸਮੁੱਚੇ ਪਰਿਵਾਰ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੁਣ ਆਪਾਂ ਕਹਿੰਦੇ ਹਾਂ ਵੀ MLA ਸਾਹਿਬ ਕੀ ਕੋਈ ਸੁਨੇਹਾ ਦੇਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇਹ ਜਿਹੜੀ ਦਿੱਲੀ ਫਤਿਹ ਹੋਈ ਹੈ ਇਹ ਸਾਰੀ ਤੁਹਾਡੇ ਹੌਸਲੇ ਨਾਲ ਤੁਹਾਡੇ ਦਿੱਤੇ ਹੋਏ ਸਾਥ ਕਰਕੇ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਕਰਕੇ ਹੋਈ ਹੈ ਔਰ ਇਹ ਅਰਦਾਸ ਇੱਕ ਬੰਦੇ ਨੇ ਨਹੀਂ ਇਹ ਸਾਰਿਆਂ ਨੇ ਕੀਤੀ ਹੈ ਹਰੇਕ ਉਹ ਬੰਦਾ ਜਿਹੜਾ ਚਾਹੁੰਦਾ ਵੀ ਮੇਰਾ ਦੇਸ਼ ਅੱਗੇ ਵਧੇ ਜਿਹੜਾ ਚਾਹੁੰਦਾ ਵੀ ਮੇਰੇ ਦੇਸ਼ ਦੇ ਵਿੱਚ ਸ਼ਾਂਤੀ ਸੁੱਖ ਸਮ੍ਰਿੱਧੀ ਸਾਡੇ ਬੱਚੇ ਇੱਥੋਂ ਛੱਡ ਕੇ ਬਾਹਰ ਨਾ ਜਾਣ ਉਹ ਹਰੇਕ ਬੰਦਾ ਭਾਵੇਂ ਕਿਸੇ ਵੀ ਧਰਮ ਨੂੰ ਜਾਤ ਨੂੰ ਮਜ਼ਹਬ ਨੂੰ ਕਿਤੇ ਵੀ ਬੈਠਾ ਕੋਈ ਵੀ ਕੰਮ ਕਰਦਾ ਉਹਨੇ ਇੱਕ ਮਨ ਹੋ ਕੇ ਸਾਰਿਆਂ ਨੇ ਇਹ ਅਰਦਾਸ ਕੀਤੀ ਸੀ ਵੀ ਰਾਜਨੀਤੀ ਉਹ ਜਿੱਤਣੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਜੋੜੇ ਮੁੱਦਿਆਂ ਦੇ ਆਧਾਰ 'ਤੇ ਹੋਵੇ ਜਿਹੜੀ ਲੋਕਾਂ ਨੂੰ ਤੋੜੇ ਉਹ ਨਹੀਂ ਜੇ ਰਾਸ਼ਟਰ ਨਿਰਮਾਣ ਕੋਈ ਕਰਨਾ ਚਾਹੁੰਦਾ ਤਾਂ ਰਾਸ਼ਟਰ ਨਿਰਮਾਣ ਹੋਊਗਾ ਬੱਚਿਆਂ ਨੂੰ ਪੜ੍ਹਾ ਕੇ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਇਲਾਜ ਦੇ ਕੇ ਸਾਡੀਆਂ ਜਿਹੜੀਆਂ ਮੂਲਭੂਤ ਸਮੱਸਿਆਵਾਂ ਸਾਨੂੰ ਜਿਹੜੀ ਬਿਜਲੀ ਆ ਪਾਣੀ ਆ ਉਹ ਸਾਰਿਆਂ ਨੂੰ ਮਿਲੇ ਉਹ ਹਰੇਕ ਦੀ ਪਹੁੰਚ ਦੇ ਵਿੱਚ ਹੋਵੇ ਇਹਨਾਂ ਮੁੱਦਿਆਂ ਦੇ ਉੱਤੇ ਹੋਵੇ ਔਰ ਇਹ ਤੁਹਾਡੀ ਗੱਲ ਸੱਚੇ ਪਾਤਸ਼ਾਹ ਨੇ ਸੁਣ ਕੇ ਐਡੀਆਂ ਵੱਡੀਆਂ ਤਾਕਤਾਂ ਇੰਨਾ ਉਹਨਾਂ ਨੇ ਜ਼ੋਰ ਲਾਇਆ ਲੜਾਉਣ ਦੀ ਕੋਸ਼ਿਸ਼ ਕੀਤੀ ਗੋਲੀ ਤੱਕ ਚਲਾਈ ਗਈ ਉੱਥੇ ਫਿਰ ਵੀ ਦਿੱਲੀ ਦੇ ਲੋਕਾਂ 'ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਨੇ ਇੱਕ ਸੇਵਾਦਾਰ ਨੂੰ ਤੀਜੀ ਵਾਰ ਫਿਰ ਮੌਕਾ ਦਿੱਤਾ ਇੱਕ ਸਵਾਲ ਹੋਰ ਹੈ ਬਈ ਤੁਸੀਂ ਕੀ ਮੰਨਦੇ ਹੋ ਕਿ ਉਹਦਾ ਪ੍ਰਭਾਵ ਪੰਜਾਬ ਦੀਆਂ ਚੋਣਾਂ 'ਤੇ ਵੀ ਪਊਗਾ ਪੰਜਾਬ ਦੀ ਸਿਆਸਤ 'ਤੇ ਵੀ ਪਊਗਾ ਦੇਖੋ ਜੀ ਚੰਗਾ ਬੰਦਾ ਭਾਵੇਂ ਅਮਰੀਕਾ 'ਚ ਬੈਠਾ ਹੋਵੇ ਕਨੇਡਾ 'ਚ ਬੈਠਾ ਹੋਵੇ ਭਾਵੇਂ ਚੰਦ 'ਚ ਬੈਠਾ ਹੋਵੇ ਜੇ ਉਹਦੇ ਹੱਕ 'ਚ ਨਾਰਾ ਮਾਰਦਾ ਜੇ ਉਹਦੇ ਹੱਕ 'ਚ ਸਭ ਤੋਂ ਪਹਿਲਾਂ ਖੜਦਾ ਤਾਂ ਉਹ ਪੰਜਾਬੀ ਆ ਵਾਹ ਜੇ ਕਿਤੇ ਕਿਸੇ ਦੀ ਖਾਤਰ ਕੁਰਬਾਨੀ ਦੇਣੀ ਪਵੇ ਸਭ ਤੋਂ ਅੱਗੇ ਖੜਦਾ ਤਾਂ ਉਹ ਪੰਜਾਬੀ ਹੈ ਪੰਜਾਬ ਦੀ ਧਰਤੀ ਐਸੀ ਜਰਖੇਜ਼ ਧਰਤੀ ਹੈ ਵੀ ਜਿੱਥੇ ਕਿਤੇ ਵੀ ਮਾੜਾ ਦਾਣਾ ਡੁੱਬ ਦਾਣਾ ਡਿੱਗ ਪਏ ਉਹ ਉੱਗਰ ਆਉਂਦਾ ਅਤੇ ਇਮਾਨਦਾਰੀ ਤਾਂ ਇੱਥੇ ਉੱਗਰਦੀ ਹੈ ਤੁਸੀਂ ਇੱਥੇ ਵੇਖੋ ਕਿੱਡਾ ਅਸਰ ਹੁੰਦਾ 2022 ਦੇ ਵਿੱਚ ਤੁਸੀਂ ਸਾਰਿਆਂ ਨੇ ਮੈਂ ਤਾਂ ਨਿੱਕਾ ਜਿਹਾ ਬੰਦਾ ਮੇਰਾ ਕਰਨਾ ਕੁਛ ਨਹੀਂ ਹੋਣਾ ਲੇਕਿਨ ਜੋ ਤੁਸੀਂ ਸਾਰਿਆਂ ਨੇ ਤੁਹਾਡੇ 'ਤੇ ਕਿਰਪਾ ਸੱਚੇ ਪਾਤਸ਼ਾਹ ਨੇ ਕਰਨੀ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਅੱਗੇ ਕਿਰਪਾ ਕਰਨੀ ਹੈ ਅਤੇ ਆਮ ਆਦਮੀ ਪਾਰਟੀ ਸਰਕਾਰ ਇੱਥੇ ਬਣੂਗੀ ਤਾਂ ਹੀ ਪੰਜਾਬ ਬਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਨਾ ਸਵਾਲ ਹੋਰ ਹੈ ਬਈ ਸੁਰਜੀਤ ਸਿੰਘ ਮਾਂਦਰ ਹੁਣੇ ਦੱਸ ਕੇ ਗਏ ਨੇ ਇੰਡੀਆ ਦੀਆਂ 2.5 ਦਰਜਨ ਦੇ ਕਰੀਬ ਸਟੇਟਾਂ ਨੇ ਰਾਜ ਨੇ ਜਿੱਥੇ ਸਰਕਾਰਾਂ ਬਣਦੀਆਂ ਨੇ ਇੱਕ ਕਰਨਾਟਕ ਪਟਨਾਇਕ ਪਰਿਵਾਰ ਨੇ ਬੀਜੂ ਪਟਨਾਇਕ ਉਹਨਾਂ ਨੇ ਮੁੱਦਿਆਂ ਦੇ ਆਧਾਰ ਚੋਣ ਲੜੀ ਸੀ ਜਾਂ ਕੇਜਰੀਵਾਲ ਜਿਹੜੇ ਤੀਜੀ ਵਾਰ ਬਣੇ ਨੇ ਮੁੱਦਿਆਂ ਦੇ ਆਧਾਰ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਜੀ ਜਿਹੜੀ ਦਿੱਲੀ ਦੀ ਇਲੈਕਸ਼ਨ ਸੀ ਇਹ ਬੜੀ ਵੱਖਰੀ ਇਲੈਕਸ਼ਨ ਸੀ ਇਸ ਇਲੈਕਸ਼ਨ ਦੇ ਉੱਤੇ
प्रधानमंत्री गृह मंत्री सारे स्टेटां दे बीजेपी दे जिहड़े सी मुख्यमंत्री सारे उन्हां दे एमपी वो गली गली घर घर तुरे पे और घर जाके की कहिंदे सी बड़ी माड़ी गल है जिहड़ी मैं कहना वो कहिंदा जे किते बीजेपी हार गई तो वह बंदे जिहड़े धरने दे बैठे वो तुहाडे घरां च वड़ के तुहाडे नाल बलात्कार करनगे मतलब एड्डी भैड़ी जिहड़ी शर्मनाक जिहड़ी ओह सीगी कैंपेन सी जे किते बीजेपी हार गई तो पाकिस्तान जित जू मतलब एड्डी आप सारे चाहते गंदी राजनीति आप सारे चाहते भी साडा देश साडे देश की कंपैरिजन पाकिस्तान ना कभी कर सकते तुसीं 125 करोड़ की इतने हूँ तो 150 करोड़ है 150 करोड़ की इतने आबादी पाकिस्तान की सारी आबादी कितनी है 20 करोड़ मतलब तुसीं उहदे नाल कंपेयर करोगे वो जिहड़ा वो देश जिहड़ा जिहदा जन्म ही संप्रदायिकता के नाते होया सी आजाद असीं इकट्ठे होए हैं अज उत्थे भुखमरी है पर आप सैकुलरिज्म लैके चलें सारे बराबर लैके चलें आप अमरीका ना कनेडा ना कंपेयर कर सकते पाकिस्तान ना कंपेयर करने की लोड़ नहीं पाकिस्तान वाली राजनीति बीजेपी इतने लैके आई है तो उ हाल हो जू जो उस तरह की राजनीति कामयाब होगी जो जहाँ पाकिस्तान का जो जहाँ अफगानिस्तान का उही राज होजू ये तो भाईचारा ये तो सारे का साथ उ देश को अगे वधाऊगा तो देश को अगे वधाउण का मतलब यह नहीं भी नक्शा है और देश के बच्चे जो पढ़ने देश अगे वधूगा अज ना मिठाई तुसी वंडी है लड्डू वंडे ने देखो शकर पारे वंडे ने नमकीन भी चाह भी पाई है ये केड़ी खुशी च देखो जी आप जदों भी बुराई हरदी है ते अच्छाई जितदी है उदा आप खुशी मनाने हैं उस तरह की खुशी वाह जी वाह लो जी सारे ने ताड़ी मार के खुशी सांझी की है ते इस तो बाद आप साहित्यक महफल की शुरुआत करांगे मैं गुरिंदर सिंह कोटकपुरा।